अस्सलाम वालेकुम दोस्तों, की हाल चाल ने जनाब। तुसी वेखदे पए अरशद अली टीवी ते मैं आ तुहाडा मेज़बान अरशद अली जोईया। ते जिवें कि जनाब तुहानू पता है कि मैं हर रोज़े कोशिश करना कि तुहाडे वास्ते जनाब नवीं तो नवीं वीडियो लैके आवां। ते अज भी जनाब मैं लैके आया आ मेरे जनाब खब्बे पासे इक मैं खड़ोती है, कैमरामैन साहब मैं दी जनाब कराओ तसली, उस तो बाद जनाब आपां कर लांगे मालक नाल गल्लां। ते लैणे देणे जनाब मुकद्दर हुंदे ने। अरशद अली टीवी चैनल जनाब तुहाडे वास्ते नीली बार दीआं मझां जनाब चढ़ाउंदा, ਐਵੇਂ ਨਹੀਂ ਵਿਖਾਉਂਦਾ ਤੁਹਾਨੂੰ ਵੀ ਐਵੇਂ ਵਿਖਾ ਕੇ ਅਤੇ ਤੁਹਾਨੂੰ ਆਖੀ ਰੱਖਾਂ ਕਿ ਆਹ ਵੀ ਨੀਲੀ ਦੀ ਹੈ ਜੀ, ਆਹ ਵੀ ਨੀਲੀ ਦੀ ਹੈ। ਇਸ ਮਹਿ ਦਾ ਜਨਾਬ ਕੀ ਹਿਸਾਬ ਹੈ, ਸੂਈ ਖੜੋਤੀ ਹੈ ਕਿਨਵਾਂ ਸੁਬਾਹ ਸੂਈ ਹੈ, ਇਹ ਆਪਾਂ ਕਰ ਲਾਂਗੇ ਮਾਲਕ ਨਾਲ ਗੱਲਾਂ। ਅਤੇ ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ। ਅਤੇ ਭਾਅ ਜੀ ਤੁਸੀਂ ਮੇਰੇ ਕੋਲ ਆ ਜਾਓ ਤਾਂ ਕੈਮਰੇ ਵਾਲਾ ਵਿਖਾਉਂਦਾ ਮੈਂ ਇਹਨੂੰ। ਆਜੋ 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 ਆਜੋ। ਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਭਾਅ ਜੀ ਸਭ ਤੋਂ ਪਹਿਲਾਂ ਨਾਂ ਦੱਸਣਾ ਜੀ। ਰਿਆਜ਼ ਹੁਸੈਨ ਜੀ। ਭਾਅ ਜੀ ਰਿਆਜ਼ ਆ, ਮੈਂ ਜਿਹੜਾ ਵਿਖਾਉਂਦਾ ਪਿਆ ਕੈਮਰੇ ਵਾਲੀ, ਇਹ ਦੱਸਣਾ ਵੀ ਤੁਸੀਂ ਇਹ ਕਿਨਵਾਂ ਸੁਬਾਹ ਸੂਈ ਹੁਣ? ਇਹ ਭਾਅ ਜੀ ਤੀਜਾ ਸੁਬਾਹ ਸੂਈ ਹੈ, ਥੱਲੇ ਕੱਟੀ ਹੈ ਮੱਝ ਦੇ ਜੀ, ਅਤੇ ਨੀਲੀ ਬਾਤ ਦੀ ਮੱਝ ਹੈ ਜੀ। ਅੱਛਾ, ਤੀਜਾ ਸੁਬਾਹ ਸੂਈ ਹੈ ਮਗਰ ਇਹਦੇ ਕੱਟੀ ਹੈ, ਅਤੇ ਇਹਨੂੰ ਸੂਈ ਨੂੰ ਕਿੰਨੇ ਦਿਨ ਹੋਏ ਨੇ? ਅਤੇ ਦੁੱਧ ਜਿਹੜਾ ਹਾਜ਼ਰ ਮੌਕੇ ਹੁਣ ਆਪਾਂ ਪੂਰਾ ਕਰਾ ਲਈਏ ਉਹ ਹੀ ਦੱਸਣਾ। ਇਹਨੂੰ 15 ਦਿਨ ਹੋ ਗਏ ਭਾਅ ਜੀ ਸੂਈ ਨੂੰ। ਅੱਛਾ, 15 ਦਿਨ ਹੋ ਗਏ ਨੇ ਸੂਈ ਨੂੰ, ਅਤੇ ਦੁੱਧ ਕਿੰਨਾ ਦਿੰਦੇ ਹੇਠੇ? ਦੁੱਧ ਦਿੰਦੇ ਇਸ ਟਾਈਮ 15 ਗੜਵੀਆਂ ਜੀ, ਸੁਬਾਹ ਤੋਂ ਸ਼ਾਮ ਦੀਆਂ। ਸੁਬਾਹ ਸ਼ਾਮ ਦੋ ਟਾਈਮ ਦੀਆਂ ਜੀ। ਠੀਕ ਹੋ ਗਿਆ ਜੀ। ਅਤੇ ਇਹ ਆਪਣਾ ਤੁਸੀਂ ਕਹਿ ਰਹੇ ਜੇ ਵੀ ਇਹ ਤੀਜਾ ਸੁਬਾਹ ਸੂਈਏ ਮਗਰ ਇਹਦੇ ਕੱਟੀਏ, ਅਤੇ 15 ਦਿਨ ਹੋਏ ਨੇ ਸੂਈ ਨੂੰ, ਅਤੇ 15 ਲੀਟਰ ਹੀ ਇਹ ਦੁੱਧ ਕਰਦੀ ਪਈ ਹੈ ਸੁਬਾਹ ਤੋਂ ਲੈ ਕੇ ਸ਼ਾਮ ਤੀਕਰ। ਇਹ ਤੁਸੀਂ ਹੁਣ ਦੱਸਣਾ ਵੀ ਇਹ ਕੱਟੀ ਨੂੰ ਛੱਡ ਕੇ ਕਰਦੀ ਪਈ ਹੈ ਜਾਂ ਆਪਣਾ ਵਿੱਚੇ ਕਰਦੀ ਪਈ ਸਾਰਾ ਹੀ? ਇੱਕ ਥਣ ਬੱਚੇ ਨੂੰ ਪਿਆ ਕੇ ਜੀ, 3 ਥਣਾਂ ਦਾ ਦੁੱਧ ਕਰ ਰਹੀ ਜੀ। ਅੱਛਾ, ਇੱਕ ਥਣ ਕਿਹੜਾ ਬੱਚੇ ਨੂੰ ਪਿਆਉਂਦੇ? ਅਗਲਾ ਪਿਆ ਰਿਹਾ ਜੀ ਅਗਲੇ, ਬਾਕੀ 3 ਥਣਾਂ 'ਚ ਤੁਸੀਂ ਕਹਿ ਰਹੇ ਜੇ 15 ਕਿਲੋ ਚੋਵਾਂਗੇ, ਅਤੇ ਮੈਂ ਵੀ ਥੋੜ੍ਹਾ ਲੇਟ ਹੋਇਆ, ਅਤੇ ਮੈਂ ਝੋੜੀ ਚੋਵਣ ਵਾਲੀ ਮੇਰਾ ਖਿਆਲ ਹੈ। ਹਾਂਜੀ, ਚੋਵਣ ਅਤੇ ਇਹਨੂੰ ਮਾਰੋ ਹਵੰਗਾ, ਆਪਾਂ ਚਵਾ ਲੈਂਦੇ ਹਾਂ, ਇਹਦੀਆਂ ਗੱਡੀਆਂ ਮਰਵਾ ਲੈਂਦੇ ਹਾਂ ਵੀ ਵਾਕਿਆ ਹੀ ਇੰਨਾ ਦੁੱਧ ਕਰਦੀ ਪਈ ਹੈ ਜਾਂ ਆਪਣਾ ਐਵੇਂ ਵੀਡੀਓ ਬਣਵਾਉਣ ਵਾਸਤੇ ਆਪਾਂ ਦੁੱਧ ਇੰਨਾ ਕੀਤਾ। ਅਤੇ ਕੈਮਰਾਮੈਨ ਸਾਹਿਬ ਇਹਨੂੰ ਸਵਾਰ ਕੇ ਵਿਖਾਈ ਰੱਖਣਾ ਜਨਾਬ, ਭਾਰ ਹੀ ਮੈਂ ਚੋਵਣਗੇ ਅਤੇ ਤੁਸੀਂ ਜਨਾਬ ਵਿਖਾਵਣਾ ਇਹਨੂੰ। ਇਹ ਤੀਜਾ ਸੁਬਾਹ ਸੂਈ ਹੈ ਜੀ ਮਗਰ ਕੱਟੀ ਹੈ। ਇੱਕ ਭਾਂਡਾ ਹੋਰ ਲਾਇਆ ਜੀ, ਆਪਾਂ ਗੜਵੀਆਂ ਮਾਰ ਲਾਂਗੇ। ਜਿਵੇਂ ਜਨਾਬ ਚਵੀਜੇਗੀ ਆਪਾਂ ਇਹਦੀਆਂ ਗੱਡੀਆਂ ਮਰਵਾ ਲਾਂਗੇ। ਜਿਹੜੇ ਕੀਤਾ ਕਰ ਕੈਮਰਾ ਇਹਦਾ ਖਿਆਲ ਉਹਦਾ ਛੱਡ, ਫੋਨ ਮੋੜ ਕਰ ਨਾ ਪੁੱਛ ਪਾਸੇ ਉਹਨਾਂ ਕੈਮਰਾ ਨਹੀਂ ਛੱਡਣਾ। ਬਾਲਟੀ ਵਿਖਾ ਦਿਆ ਜੇ ਵਿੱਚ, ਚਲੋ ਜੀ। ਚੰਗੇ ਨੂੰ ਬੋਲਿਆ ਨਾ।
ਥੋੜ੍ਹਾ ਜਿਹਾ ਕੈਮਰਾ ਥੋੜ੍ਹਾ ਜਿਹਾ ਉਹਨੂੰ ਕਰੋ ਜੀ ਨਾਲ, ਪਤਾ ਲੱਗੇ ਵੀ ਐਡੀ ਐਡੀ ਤਾਰ ਪੈਂਦੀ। ਗਾੜੀ ਵਿਖਾ ਲਿਆ ਜੀ, ਕਿੰਨੀ ਹੋ ਜਾਣੀ ਅੰਦਾਜ਼ਨ? ਅੰਦਾਜ਼ਾ ਲਾਓ। ਹਾਂ, ਤਿੰਨ ਕਿਲੋ। ਚਲੋ ਚੋਵੋ। ਕੋਈ ਹੋਰ ਬੰਦਾ ਚੋਲ ਹੋਵੇ, ਬੰਦਾ ਥੱਕ ਗਿਆ। ਹੁਣ ਸਾਨੀ ਕਢਾਓ ਜੀ। ਸਾਣੀ ਕਢਾਓ ਬੰਦੇ ਨੂੰ ਸਾਣੀ। ਬਾਲਟੀ ਇੱਥੇ ਰਹਿਣ ਦਿਓ, ਕੈਮਰੇ ਦੇ ਅੱਗੇ ਹੀ ਜੀ। ਬਸ ਠੀਕ ਹੋ ਗਿਆ ਜੀ।
ਕੱਟੀ ਨਹੀਂ ਛੱਡਣਾ ਜੇ ਬਸ ਕੱਟੀ ਨਹੀਂ ਛੱਡ ਲਓ ਬਾਕ ਦਾ ਉਸ ਵਿਚਾਰੀ ਦਾ ਬੁਰਾ ਨਾ ਸੋਚੀਏ ਇਹ ਬਾਲਟੀ ਵੱਡੀ ਕਿੰਨੇ ਕਿਲੋ ਦੀ ਤੁਹਾਡੀ 7 ਕਿਲੋ ਦੀ ਬਸ ਇੱਧਰ ਪਾਓ ਇਹਨੂੰ ਗੱਡਵੀ ਆਇਆ ਚਲੋ ਇਹਦੇ 'ਚ ਪਾ ਲਓ ਪੂਰਾ ਹੋ ਗਿਆ ਠੀਕ ਹੋ ਗਿਆ ਭਾਅ ਜੀ ਇਹ ਯਾਨੀ ਕਿ ਤੁਸੀਂ ਕਿਹਾ ਕਿ 15 ਲੀਟਰ ਦੁੱਧ ਕਰਦੀ ਪਈ ਬੱਚੇ ਨੂੰ ਛੱਡ ਕੇ ਅਤੇ ਇਹ ਬਾਲਟੀ ਜਿਹੜੀ ਹੈ ਤੁਹਾਡੀ ਤੁਸੀਂ ਕਿੰਨੇ ਕੁ ਲੀਟਰ ਦੀ ਹੈ 7 ਲੀਟਰ ਦੀ ਇਹ 7 ਲੀਟਰ ਦੀ ਬਾਲਟੀ ਹੈ ਅਤੇ ਵਿੱਚ ਪਰਲੀ ਬਾਲਟੀ ਦੇ ਪਿਆ ਕੋਈ ਤਕਰੀਬਨ ਅੱਧਾ ਕੁ ਕਿਲੋ ਹਾਂਜੀ ਠੰਡਾ ਦੁੱਧ ਜੀ ਉੱਤੇ ਜਾਗ ਯੋਗ ਨਹੀਂ ਹੈ ਜੀ ਹਾਂ ਉਹ ਤਾਂ ਦਿਸੀ ਜਾ ਰਿਹਾ ਹੁਣ ਝੱਕ ਤਾਂ ਮਰ ਗਈ ਜਿਹੜੀ ਮਰਨੀ ਸੀ ਹੁਣ ਭਾਅ ਜੀ ਇਸ ਮੈਂ ਤਾਂ ਮੈਨੂੰ ਫਾਈਨਲ ਜਿਹਾ ਪੈਸੇ ਦੱਸਣੇ ਨੇ ਜਿੰਨੇ ਦੀ ਇਹ ਹੈ ਆਪਾਂ ਦੇਣੀ ਹੈ ਜਿੰਨੇ ਦੀ 3.5 ਲੱਖ ਰੁਪਈਆ ਦੀ ਦੇਣੀ ਹੈ ਜੀ ਫਾਈਨਲ 3.5 ਲੱਖ ਰੁਪਈਆ ਜ਼ਿਆਦਾ ਹੈ ਅਤੇ ਇਹਦੇ ਵਿੱਚ ਕੋਈ ਪਿਆਰ ਮੁਹੱਬਤ ਵੀ ਪਾਉਣਾ ਪਏਗਾ ਕੋਈ 10,000 ਪਿਆਰ ਮੁਹੱਬਤ ਤਾਂ ਪਾ ਲਵਾਂਗੇ ਜੀ ਤੁਹਾਡਾ ਚਲੋ ਇਹ ਤੁਸੀਂ ਕਰ ਲੈਣੀ ਹੈ ਅਤੇ ਕੈਮਰਾਮੈਨ ਸਾਹਿਬ ਮੈਂ ਚਾਰ ਸਪੇਰੋ ਵਿਖਾ ਦਿਓ ਜਨਾਬ ਸਵਾਰ ਕੇ ਅਤੇ ਦੋਸਤੋ ਨੰਬਰ ਹੈ ਮੇਰਾ 0372 92 728 0300 729 2728 ਜਨਾਬ ਮੇਰੇ ਵਟਸਐਪ ਅਤੇ ਈਮੇਲ ਦਾ ਨੰਬਰ ਹੈ ਇਸ ਨੰਬਰ 'ਤੇ ਜਨਾਬ ਤੁਸੀਂ ਕਰਨੀ ਹੈ ਕਾਲ ਅਤੇ ਇਹ ਜਨਾਬ ਜਿਹੜੀ ਮੈਂ ਰੋਕਾਂਗਾ ਅਤੇ ਮੈਂ ਉਮੀਦ ਕਰਾਂਗਾ ਕਿ ਮੇਰੀ ਇਹ ਅੱਜ ਵਾਲੀ ਵੀਡੀਓ ਜਨਾਬ ਤੁਹਾਨੂੰ ਪਸੰਦ ਆਵੇਗੀ ਅਤੇ ਮੇਰੀ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਾਊਨ ਦੇ ਬਟਨ 'ਤੇ ਮਾਰੋ ਹੱਥ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ ਮਿਲਾਂਗੇ ਜਨਾਬ ਅਗਲੀ ਵੀਡੀਓ 'ਚ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ